ਜਵਾਬ ਨੇ ਨਾ, ਠੀਕ ਹੁੰਦਾ ਕਿ ਥੋੜੇ ਵਕਤ ਦੇ ਵਿੱਚ ਮਤਲਬ ਜਿਹੜਾ ਪੈਸਾ ਜਿਹੜਾ ਆਉਂਦਾ ਨਾ, ਥੋੜੇ ਵਕਤ ਚ ਪੈਸਾ ਬਚਾਉਣਾ ਜਾਂ ਚੌਖੇ ਪੈਸੇ ਚ ਵਕਤ ਬਚਾਉਣਾ, ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਕਰਨਾ। ਲੇਕਿਨ ਜਿਹੜਾ ਨਵਾਂ ਬੰਦਾ ਜਿਹੜਾ ਮੇਰੇ ਪ੍ਰੈਕਟੀਕਲ ਚ ਇਸ ਤਰ੍ਹਾਂ ਹੀ, ਹਾਂ ਇਹ ਇਹਦੇ ਨਾਲ ਮੇਰਾ ਕੂਲ ਰਹਿੰਦਾ, ਜਾਨਵਰ ਨੂੰ ਡਾਇਰੀਆ ਲੱਗ ਤੇ ਲੂਸਨ ਜੇ ਤੁਸੀਂ ਪਿਓਰ ਕੁਆਲਿਟੀ ਲੈਣਾ, ਇੱਕ ਨੰਬਰ ਕੁਆਲਿਟੀ ਤਾਂ ਵੀ ਮੁੰਨਾ ਬਾਈ ਕੋ ਮਿਲ ਜੀ ਜੀ ਬਿਲਕੁਲ। ਆਪਣਾ ਤੁਸੀਂ ਨੰਬਰ ਬੋਲ ਦੇ 0300। ਅਸਲਾਮ ਵਾਲੇਕੁਮ ਜੀ, ਬਿਸਮਿਲ੍ਲਾ ਪਰ ਗਏ ਹਮ ਐਂਟਰ ਹੋ ਗਏ ਹਾਂ ਸਰਦਾਰ ਬਕਰਾ ਮੰਡੀ ਕੇ ਅੰਦਰ। ਇਹ ਮੰਡੀ ਜੋ ਹੈ ਉਹ ਜ਼ਿਆਦਾ ਮਸ਼ਹੂਰ ਹੈ ਬੱਕਰੋਂ ਕੀ ਵਜ੍ਹਾ ਸੇ, ਤੋ ਸਾਰੇ ਇੱਧਰ ਬੱਕਰੇ ਹੈ। ਮੇਰੀ ਕੋਸ਼ਿਸ਼ ਹੈ ਕਿ ਸਭ ਸੇ ਪਹਿਲੇ ਉਹ ਜੋ ਫਲੈਕਸ ਲੱਗੀ ਹੋਈ ਮੁੰਨਾ ਪੇਂਡੂ ਕੇ ਨਾਮ ਸੇ, ਤੋ ਮੁੰਨਾ ਬਾਈ ਕੋ ਉਮੀਦ ਹੈ ਕਿ ਸ਼ਾਇਦ ਮਿਲ ਜਾਏਗੇ ਯਹਾਂ ਪੇ, ਕਿਉਂਕਿ ਮੈਨੇ ਇਨਕਾ ਯੂਟਿਊਬ ਪੇ ਹੀ ਦੇਖੀ ਹੈ ਵੀਡੀਓ। ਅੱਛਾ, ਤੋ ਮੈਂ ਮੁੰਨਾ ਬਾਈ ਕੇ ਸਾਈਡ ਤੱਕ ਪਹੁੰਚ ਗਿਆ ਹੂੰ, ਤੋ ਅਭੀ ਆਪਸੇ ਤਾਰਫ ਕਰਵਾਤੇ ਹੈਂ ਇਨਕਾ। ਯੇ ਜੀ ਬੈਠੇ ਮੈਂ ਮਾਸ਼ਾਅੱਲਾ, ਔਰ ਯੇ ਇਨਕੀ ਫਲੈਕਸ ਹੈ, ਯਹੀ ਮੈਂ ਦੇਖ ਕੇ ਆਇਆ ਹੂੰ। ਟਿਕਟੋਕ ਪੇ ਮੈਨੇ ਵੀਡੀਓ ਦੇਖੀ ਥੀ ਕਿ ਯੇ ਸਰਦਾਰ ਮੰਡੀ ਮੇਂ ਇਹਨਾਂ ਨੇ ਡੇਰੇ ਡਾਲੇ ਮੈਂ। ਅਸਲਾਮ ਵਾਲੇਕੁਮ ਮੁੰਨਾ ਬਾਈ, ਕੀ ਹਾਲ ਚਾਲ? ਮੋਹਤਰਮ ਸਰ, ਕੀ ਹਾਲ ਹੈ? ਸਿਹਤ ਵੀ ਠੀਕ ਹੈ? ਅੱਲਾ ਦਾ ਸ਼ੁਕਰ ਹੈ। ਹੋਰ ਸੁਣਾਓ, ਖੈਰ ਮੇਰ? ਕਿਦੋਂ ਡੇਰੇ ਲਾਏ ਜੀ ਇੱਥੇ? ਕਿੰਨੇ ਡੰਗ ਹੋ ਗਏ ਸਨਾ ਇੱਥੇ? ਹਾਂਜੀ, ਕਿੰਨੇ ਦਿਨ ਹੋ ਗਏ? ਤੀਜੀ ਸ਼ਾਮ। ਤੀਸਰੀ ਸ਼ਾਮ ਹੈ ਅੱਜ? ਤੇ ਕਿਵੇਂ ਜਾਨਵਰ ਕੀ ਰਿਸਪੌਂਸ ਕਿਵੇਂ ਦਾ ਮਾਰਕੀਟ ਦਾ? ਮਾਰਕੀਟ ਅੱਛੀ ਅੱਛੀ ਹੈ, ਹਾਂ ਜਾਨਵਰ ਸੇਲ ਹੋ ਰਿਹਾ ਅੱਜ ਮਾਸ਼ਾ। ਮੈਨੂੰ ਲੱਗਦਾ ਬੱਕਰੀਆਂ ਦੇ ਗਾਹਕ ਨਾਲੋਂ ਜ਼ਿਆਦਾ ਤੁਹਾਨੂੰ ਮਾਂ ਬੋਧਾ ਮਿਲਣ ਆਉਂਦੀ ਹੋਣੀ ਹੈ, ਇਸ ਤਰ੍ਹਾਂ ਹੀ ਹੈ? ਮੁਹੱਬਤ ਹੈ ਜੀ ਬੰਦਿਆਂ ਦੀ, ਇਸ ਤਰ੍ਹਾਂ ਹੀ। ਕਾਫੀ ਲੋਕ ਜੋ ਹੈ ਮੈਂ ਉਹਨਾਂ ਕੋ ਮਿਲਣੇ ਆ ਰਹੇ ਹੈ, ਮੈਂ ਵੀ ਇਨਕੀ ਵੀਡੀਓ ਦੇਖ ਕੇ ਹੀ ਆਇਆ ਹਾਂ ਬਕਾਇਦਾ, ਕਿਧਰ ਆਏ ਮੈਂ। ਔਰ ਇਨਕੀ ਜੋ ਵੀਡੀਓਜ਼ ਹੈ ਆਪ ਲੋਕਾਂ ਨੇ ਟਿਕਟੋਕ ਪਰ ਵੀ ਦੇਖੀ ਹੋਊਗੀ, ਔਰ ਇਹ ਮੁਖਤਲਿਫ ਇਨਸਕੋ ਯੂੰ ਸਮਝ ਲੈ ਕੇ ਇਹ ਮੇਰੇ ਹਿਸਾਬ ਨਾਲ ਤੁਸੀਂ ਫਰਹਾਨ ਬਾਈ ਦੇ ਪਹਿਲੇ ਤਿਆਰ ਕੀਤੇ ਹੋਏ ਸ਼ਾਗਿਰਦਾਂ ਚੋਂ ਸਭ ਤੋਂ ਪਹਿਲੇ ਤੁਸੀਂ, ਜਿੰਨਾ ਨੂੰ ਇਜਾਜ਼ਤ ਮਿਲੀ ਉਹਨਾਂ ਵੱਲੋਂ ਕਿ ਤੁਸੀਂ ਕਰ ਸਕਦੇ ਆਪਣਾ ਕੰਮ। ਮੇਨ ਬਾਕੀ ਜੀ ਆਪਣੀ ਮਿਹਨਤ ਹੁੰਦੀ ਇਨਸਾਨ ਦੀ, ਸਟਰਗਲ ਹੈ, ਜਿੰਨੀ ਮਰਜ਼ੀ ਕਰੀ ਜਾ, ਫਿਰ ਕੋਈ ਫੀਲਡ ਉਹ ਸਮੁੰਦਰ ਹੈ ਜੀ, ਇਸ ਤਰ੍ਹਾਂ ਹੀ ਜਿੰਨਾ ਮਰਜ਼ੀ ਸਿੱਖੀ ਜਾ ਉਹਦੇ ਵਿੱਚ ਅੱਗੇ ਆਉਂਦਾ ਜਾਂਦਾ। ਅੱਛਾ ਮੁੰਨਾ ਬਾਈ, ਇੱਕ ਦੋ ਸਵਾਲ ਹੈ ਲੋਕਾਂ ਦਾ, ਤੁਸੀਂ ਦੱਸਣਾ ਕਿ ਪਹਿਲਾਂ ਬੱਕਰੀ ਫਾਰਮਿੰਗ ਦੇ ਬੰਦੇ ਨੇ ਪਹਿਲਾਂ ਸਟਾਰਟ ਕਰਨੀ ਹੈ ਜੀ, ਉਹਨੂੰ ਸਟਾਰਟ ਬੱਕਰੀਆਂ ਤੋਂ ਲੈਣਾ ਚਾਹੀਦਾ, ਬੱਕਰੀਆਂ ਤੋਂ ਜਾਂ ਪੱਠਾਂ ਤੋਂ? ਸਰ ਜੀ ਕਿੰਨਾ ਆਪਸ਼ਨਾਂ ਦੀ ਤੁਸੀਂ ਇੱਕ ਦੱਸਣਾ? ਤਿੰਨ ਚਾਰ ਇਹਦੇ ਸਵਾਲ, ਮਤਲਬ ਤੁਹਾਡੇ ਕੀ ਸਵਾਲ ਦੇ ਵਿੱਚ ਕੋਈ ਤਿੰਨ ਚਾਰ ਜਵਾਬ ਨੇ ਨਾ, ਠੀਕ ਹੁੰਦਾ ਕਿ ਥੋੜੇ ਵਕਤ ਦੇ ਵਿੱਚ ਮਤਲਬ ਜਿਹੜਾ ਪੈਸਾ ਜਿਹੜਾ ਆਉਂਦਾ ਨਾ, ਥੋੜੇ ਵਕਤ 'ਚ ਪੈਸਾ ਬਚਾਉਣਾ ਜਾਂ ਚੌਖੇ ਪੈਸੇ 'ਚ ਵਕਤ ਬਚਾਉਣਾ, ਇਹ ਹੁਣ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕੀ ਕਰਨਾ। ਲੇਕਿਨ ਜਿਹੜਾ ਨਵਾਂ ਬੰਦਾ ਮੇਰੇ ਖਿਆਲ ਦੇ ਮੁਤਾਬਕ ਉਹ ਬੱਕਰੀਆਂ ਪਾ ਲਵੇ, ਥੋੜੀਆਂ ਜਿਹੀਆਂ 10 ਬੱਕਰੀਆਂ ਪਾ ਲਏ, 4 ਪਾ ਲਏ, 6 ਪਾ ਲਏ, 10 ਪਾ ਲਏ, ਨਾਲ ਉਹਦੇ ਬੱਕਰੇ ਪਾ ਲਏ, ਦੋ ਮਾਡਲ, ਤੀਸਰਾ ਮਾਡਲ ਨਾਲ ਕਾਟੂ 'ਤੇ ਕੰਮ ਕਰੇ, ਕਾਟੂ 'ਤੇ ਜੀ ਆਪਣੀ ਇਲਾਕੇ ਦੀ ਮੰਡੀ ਦੇ ਉੱਤੇ ਜਾਏ, ਕਾਟੂ ਖਰੀਦ ਕੇ ਲਿਆਵੇ, ਉਹਨਾਂ ਨੂੰ ਥੋੜ੍ਹਾ ਸੈਟਮੈਂਟ ਕਰਕੇ 2-4 ਹਜ਼ਾਰ ਉਹਦੇ 'ਚ ਪ੍ਰੋਫਿਟ ਜਿਉਂ ਹੀ ਆਉਂਦੀ ਜਾਏ, ਮਹੀਨਾ ਇੱਕ ਰੱਖ ਕੇ ਆਪਣੇ ਫਾਰਮ ਦੇ ਉੱਤੇ ਜਾਣ ਦੇਵੇ, 3 ਮਾਡਲ ਹੋਵੇ। ਕਾਟੂ ਤਾਂ ਮੇਰੇ ਹਿਸਾਬ ਨਾਲ ਸਮਝ ਨਹੀਂ ਆਉਂਦਾ, ਕਿਉਂਕਿ ਖੁਰਾਕ ਬਹੁਤ ਮਹਿੰਗੀ ਹੈ, ਅਤੇ ਜਿਵੇਂ ਕਾਟੂ ਤੁਸੀਂ ਇਤਨੀ ਖੁਰਾਕ ਪਾਣੀ, ਕਾਟੂ ਸਿਰਫ ਖੁਸ਼ਕ ਲੂਸਣ ਛੱਡੀ ਜਾਣੀ, ਲੂਸਣ ਗੱਲਾਂ ਠੀਕ ਹੋ ਗਿਆ। ਹਾਂ, ਲੇਕਿਨ ਇਹਦੇ ਨਾਲ ਇਹ ਕਿ ਫਿਰ ਤੁਹਾਡਾ ਜਿਹੜਾ ਨਾ ਉਹ ਇੱਕ ਦਿਲ ਲੱਗੀ ਬਣੀ ਰਹੇ ਦੀ ਫਾਰਮ ਦੇ ਉੱਤੇ, ਅਗਰ ਤੁਸੀਂ ਇਹ ਨਾ ਕਰੋ ਤੇ ਕਮਾਈ ਛੇਤੀ ਆਵੇ, ਉਹ ਦਿਲ ਲੱਗੀ ਤੁਹਾਡੀ, ਉਸ ਬਣਾਉਣਾ ਤੁਹਾਡਾ ਖਰਚਾ ਹੀ, ਯਾਨੀ ਪਰ ਡੇ ਤੁਹਾਡਾ ਜਿਹੜਾ ਖਰਚਾ ਹੈ ਨਾ ਉਹ ਹੀ ਨਿਕਲਣਾ। ਲੇਕਿਨ ਇਹ ਹੋ ਸਕਦਾ ਸਿਰਫ ਤੁਹਾਡੇ ਵਰਕਰ ਦੀ ਸੈਲਰੀ ਨਿਕਲੇ, ਲੇਕਿਨ ਉਹਦੇ ਨਾਲ ਇਹ ਚੀਜ਼ ਹੈ ਕਿ ਤੁਹਾਡੀ ਦਿਲ ਲੱਗੀ ਬਣੀ ਰਹੇ, ਅਗਰ ਤੁਸੀਂ ਇਹ ਚੀਜ਼ ਨਹੀਂ ਉਹ ਨਾ ਕਰਦੇ ਫਿਰ ਤੁਸੀਂ ਜਲਦੀ ਘਬਰਾ ਜਾਓ, ਠੀਕ ਹੋ ਗਿਆ ਫਿਰ ਤੁਹਾਨੂੰ। ਅੱਛਾ ਮੁੰਨਾ ਬਾਈ, ਆਪਣਾ ਸੈਟਅਪ ਚੈੱਕ ਕਰਵਾ ਦੇਣਾ ਬੱਕਰਿਆਂ ਦਾ, ਉਹ ਹੀ ਬੱਕਰੇ ਹੈਗੇ ਨੇ ਜੀ ਤੁਸੀਂ ਜਿਹੜਾ ਮੁੰਨਾ ਬਾਈ ਦੀ ਵੀਡੀਓ ਦੇ ਉੱਪਰ ਤਕਰੀਬਨ 10ਵੇਂ ਮਹੀਨੇ 'ਚ ਪਾਏ ਸਨ ਬੱਕਰੇ ਜੀ, ਤਕਰੀਬਨ 10ਵੇਂ ਮਹੀਨੇ 'ਚ ਬੱਕਰੇ ਪਾਏ ਸਨ, ਉਦੋਂ ਤੁਸੀਂ ਇਹਨਾਂ ਦੀ ਵੀਡੀਓ ਦੇਖ ਸਕਦੇ ਹੋ, ਅਤੇ ਤਕਰੀਬਨ ਡੇਲੀ ਬੇਸਿਸ 'ਤੇ ਵੀਡੀਓ ਵਗੈਰਾ ਇਹਨਾਂ ਦੀਆਂ ਮਿਲਦੀਆਂ ਰਹਿੰਦੀਆਂ। ਇਹ ਦੇਖੋ ਜੀ, ਇਹ ਹੁਣ ਵੀ ਬਾਈ ਜਿਹੜਾ ਨਾ ਮਿਲਣ ਹੀ ਆਏ ਨੇ ਇਹਨਾਂ ਨੂੰ। ਨਹੀਂ ਨਹੀਂ, ਸਾਡੇ ਤੁਸੀਂ ਸਰਫਰਾਜ਼ ਭਾਈ ਜੀ, ਸਰਫਰਾਜ਼ ਦਾਦਾ ਪੋਤਾ ਦੇ ਜੀ ਜੀ, ਉਸਮਾਨ ਦੇ ਬਿਲਕੁਲ ਜ਼ਹਾਦਾ ਬੇਟਾ ਜੀ ਜੀ, ਮਤਲਬ ਸਲਾਮ ਕਰਕੇ।
ਠੀਕ ਠੀਕ ਜੀ। ਮੈਂ ਉਹੀ ਕਹਿ ਰਿਹਾ ਤੁਹਾਡਾ ਵੇਚਣ ਨਾਲੋਂ ਜ਼ਿਆਦਾ ਤੁਹਾਡਾ ਮਿਲਣ ਜੁਲਣ ਨਹੀਂ ਹੋ ਰਿਹਾ। ਦੋਸਤੀ ਚੱਲ ਰਹੀ ਹੈ ਅਲਹਮਦੁਲਿਲਾ, ਰੌਣਕ ਮੇਲਾ ਲੱਗਿਆ ਹੋਵੇ। ਕਿਵੇਂ ਕੋਈ ਨਾਗਾ ਵੇਚ ਵੀ ਆਨੇ ਉੱਥੇ? ਜਾ ਬਸ ਚਲੀ ਜਾ ਰਿਹਾ ਅਲਹਮਦੁਲਿਲਾ। ਮਾਰਕੀਟ ਕਿਵੇਂ? ਮਾਰਕੀਟ ਅੱਛੀ ਹੈ ਜੀ, ਅੱਛੀ ਹੈ। ਹਾਂ ਜਿਹੜਾ ਵੇਖੋ ਹੁਣ ਤੁਸੀਂ, ਉਹ 2 ਲੱਖ ਬੱਕਰੇ ਦਾ ਜਿੱਦਾਂ 1 ਲੱਖ ਬੱਕਰਾ ਉਹਦਾ 2 ਮੰਗ ਕੇ ਸਾਰੀ ਦਿਨ ਵੀ ਬੈਠੇ ਰਹੋ ਇਸ ਤਰ੍ਹਾਂ ਹੀ। ਜਿਤਨਾ ਆਕ ਰੱਖਦਾ ਜਾਨਵਰ ਉਹਦੇ ਮੁਤਾਬਕ ਫਿਰ ਜਾਨਵਰ ਜਿਹੜਾ ਨਾ ਤਕਰੀਬਨ ਸੇਲ ਵੀ ਹੋ ਰਿਹਾ ਜੀ। ਠੀਕ ਹੋ ਗਿਆ। ਅੱਛਾ ਮੁੰਨਾ ਬਾਈ, ਸਭ ਤੋਂ ਜ਼ਿਆਦਾ ਨਾ ਲੋਕਾਂ ਨੂੰ ਇਸ਼ੂ ਅੱਜ ਕੱਲ੍ਹ ਇਹ ਆ ਰਿਹਾ ਜਿਨ੍ਹਾਂ ਨੇ ਕਾਰ ਜਾਨਵਰ ਰੱਖੇ ਵੀ ਨੇ ਜਾਂ ਜਿਹੜੇ ਮੰਡੀਓ ਵੀ ਲੈ ਰਹੇ ਨੇ ਨਾ ਜੀ ਜੀ, ਜਾਨਵਰਾਂ ਨੂੰ ਲੂਜ਼ ਮੋਸ਼ਨ ਦਾ ਬੜਾ ਇਸ਼ੂ ਆ ਰਿਹਾ ਗਰਮੀ ਦੀ ਵਜ੍ਹਾ ਤੋਂ। ਹਾਂ ਤੇ ਇਹਦਾ ਕੀ ਹੱਲ ਹੈਗਾ? ਕੁਝ ਬੰਦੇ ਨਾ ਹੁੰਦੀ ਹੈ ਮਿਹਦੇ ਦੀ ਹੀਟ ਹੁੰਦੀ ਹੈ, ਬਾਅਦ ਕਾਰ ਸਫਰ ਟਰੈਵਲ ਕਰ ਰਿਹਾ ਇਧਰ ਉਧਰ ਜਾਨਵਰ, ਲੇਕਿਨ ਮੇਰੇ ਖਿਆਲ ਮੁਤਾਬਕ ਮਿਹਦੇ ਨੂੰ ਸਭ ਤੋਂ ਜ਼ਿਆਦਾ ਠੰਡਾ ਰੱਖਦੇ ਦਹੀਂ ਦਿੱਤੇ ਜਿਹੜਾ ਮੇਰੇ ਪ੍ਰੈਕਟੀਕਲ ਚ ਇਸ ਤਰ੍ਹਾਂ ਹੀ। ਹਾਂ ਇਹ ਇਹਦੇ ਨਾਲ ਮੇਰਾ ਕੂਲ ਕੂਲ ਰਹਿੰਦਾ ਹੈ, ਜਾਨਵਰ ਨੂੰ ਡਾਇਰੀਆ ਲੱਗਿਆ ਵੀ ਹੋਵੇ ਲਗਾਤਾਰ, ਜਿਹੜਾ ਹੀਟ ਦਾਵੇ ਉਹ ਕਰਕੇ ਤੁਹਾਡੀ ਖੁਰਾਕ ਦਾ, ਕਿਉਂਕਿ ਅੱਜ ਕੱਲ ਜਿਹੜਾ ਲੱਗ ਰਿਹਾ ਉਹ ਤਕਰੀਬਨ ਗਰਮੀ ਦਾ ਹੀ ਦਹੀਂ ਤੇਲ ਜਿਹੜਾ ਨੇ ਮੇਰੇ ਵਾਸਤੇ ਬਹੁਤ ਦਹੀਂ ਤੇਲ ਬਿਹਤਰੀਨ ਹੈ। ਅੱਛਾ ਇੱਕ ਸਵਾਲ ਹੈ, ਕੁਝ ਲੋਕ ਨਾ ਅਕਸਰ ਸਿਆਣੇ ਬੰਦੇ ਵੀ ਦੇਖੇ ਨੇ ਗਰਮੀ ਹੋਵੇ ਸਰਦੀ ਹੋਵੇ ਪੱਤੀ ਠੋਕਦੇ ਹੋ? ਨਹੀਂ ਯਾਰ ਉਹ ਪਹਿਲੇ ਵੇਖੋ ਨਾ ਖਾਂਦੇ ਹਾਂ, ਕਿਉਂਕਿ ਮਿਸਾਲ ਦੇ ਤੌਰ ਤੇ ਇਸ ਜਾਨਵਰ ਨੂੰ ਜੀ ਡਾਇਰੀਆ ਹੋ ਗਿਆ, ਅਸੀਂ ਕੀ ਕਰਨੇ ਆ, ਅਸੀਂ ਡਾਇਰੀਆ ਰੋਕਣੇ ਦੀ ਫਟਾਫਟ ਕੋਸ਼ਿਸ਼ ਕਰਨੇ ਆ ਇਸ ਤਰ੍ਹਾਂ ਹੀ। ਉਹ ਲਾ ਦਿੱਤਾ ਟ੍ਰਾਈ ਪਰਸਨ ਲਗਾ ਦਿੱਤਾ ਕੁਝ ਵੀ ਕਰ, ਟ੍ਰਾਈ ਬਟਸਟ ਤੇ ਐਮੀ ਬਾਈ ਕੌਮਿਕਸ ਕਰਕੇ ਲਾ ਦਿੰਦੇ ਕੁਝ ਵੀ ਐਕਸ ਵਾਈ ਜ਼ੈਡ ਕੋਈ ਵੀ ਲਗਾ ਦਿੰਦੇ, ਲੇਕਿਨ ਅਸੀਂ ਇਹ ਨਹੀਂ ਗੌਰ ਕਰਦੇ ਕਿ ਯਾਰ ਲੱਗਾ ਕਿਉਂ ਹੈ, ਸਾਨੂੰ ਇਸ ਚੀਜ਼ ਵੇਖਣੀ ਚਾਹੀਦੀ ਹੈ ਕਿ ਇਸ ਨੂੰ ਡਾਇਰੀਆ ਹੋਇਆ ਕਿਉਂ, ਡਾਇਰੀਆ ਕਿਉਂ, ਇਹਦੀ ਮੇਨ ਨਬਜ਼ ਤੇ ਫੜ ਲਓ ਨਾ ਜਿੱਥੋਂ ਇਹਨੂੰ ਹੋਇਆ ਹੋਵੇ, ਉਸ ਤੋਂ ਬਾਅਦ ਫੋਕਸ ਕਰ ਲਓ ਤੁਸੀਂ, ਜਲਦੀ ਕਿਤੇ ਕਾਮਯਾਬ ਹੋ ਜਾਏ। ਮੇਰਾ ਡੱਕਣਾ ਬਹਾਦਰੀ ਨਹੀਂ, ਅੱਗੋਂ ਵੀ ਕਿਸੇ ਨੂੰ ਹੋ ਸਕਦਾ ਹੈ, ਜਾਨਵਰ ਨੂੰ ਉਹਦੇ ਬਿਮਾਰੀ ਤੱਕ ਪਹੁੰਚਣਾ ਬਹਾਦਰੀ। ਠੀਕ ਹੋ ਗਿਆ। ਅੱਛਾ ਮੁੰਨਾ ਬਾਈ, ਆਪਣਾ ਲੋਕਾਂ ਨੂੰ ਐਡਰੈਸ ਦੱਸ ਦਿਓ ਕਿ ਫੈਸਲਾਬਾਦ ਤੁਹਾਡਾ ਫਾਰਮ ਕਿਹੜੀ ਜਗ੍ਹਾ ਤੇ ਹੈਗਾ, ਕਿਉਂਕਿ ਮੁਖਤਲਿਫ ਬੰਦੇ ਦੇਖਣਗੇ। ਅੱਛਾ ਤੁਸੀਂ ਆਪਣਾ ਨਾਲ ਲੂਸਨ ਦਾ ਕੰਮ ਵੀ ਕਰ ਰਹੇ ਹੋ? ਜਾ ਲੂਸਨ ਦਾ ਨਾਲ, ਲੂਸਨ ਦੇ ਨਾਲ ਛਿਲਕੇ ਦਾ ਕਰ ਰਹੇ ਹੋ? ਜਾ ਨਾਲ ਲੂਸਨ ਛਿਲਕਾ ਮਿਕਸ, ਲੂਸਨ ਛਿਲਕਾ ਜਾਂ ਵੰਡਾ ਵੀ ਕਿਸੇ ਬੰਦੇ ਨੇ ਤੁਸੀਂ ਆਪਣਾ ਕਿ ਯਾਰ ਅਜਨਾਸ ਮਨੂੰ ਪਾ ਕੇ ਵੰਡਾ ਬਣਾ ਦਿਓ, ਉਹ ਬਣਵਾ ਕੇ ਕਿਸੇ ਕਿਸਮ ਦੇ ਕਿਸੇ ਕਿਸਮ ਦੀ ਜੇ ਤੁਸੀਂ ਫਾਰਮੂਲੇਸ਼ਨ ਬਣਵਾਣੀ ਵੰਡੇ ਦੀ, ਤੁਸੀਂ ਮੁੰਨਾ ਬਾਈ ਨਾਲ ਰਾਬਤਾ ਕਰ ਸਕਦੇ ਹੋ। ਫਾਰਮ ਵਿਜ਼ਿਟ ਕਰਵਾਉਣਾ ਹੋਵੇ ਤਾਂ ਵੀ ਕਰ ਸਕਦੇ ਹੋ, ਤੇ ਲੂਸਨ ਜੇ ਤੁਸੀਂ ਪਿਓਰ ਕੁਆਲਿਟੀ ਲੈਣਾ 1 ਨੰਬਰ ਕੁਆਲਿਟੀ ਤਾਂ ਵੀ ਮੁੰਨਾ ਬਾਈ ਕੋ ਮਿਲ ਜਾਏਗਾ। ਬਿਲਕੁਲ ਆਪਣਾ ਤੁਸੀਂ ਨੰਬਰ ਬੋਲ ਦਿਓ 0326858381। ਓਕੇ ਓਕੇ, ਮੈਂ ਵੀਡੀਓ ਦੇ ਉੱਪਰ ਮੈਂਸ਼ਨ ਕਰ ਦਿਆਂਗਾ ਤੇ ਠੀਕ ਹੈ, ਇਨਸ਼ਾਅੱਲਾ ਲੋਕ ਵਿਜ਼ਿਟ ਕਰਨਗੇ, ਮੈਂ ਤੁਹਾਡਾ ਫਾਰਮ ਵੀ ਉੱਥੇ ਵਿਜ਼ਿਟ ਕਰਾਂਗਾ। ਜਜ਼ਾਕੱਲਾ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਓਕੇ ਜੀ, ਤੋ ਚਲੇ ਜੀ, ਆਪਕੋ ਬਾਕੀ ਮੰਡੀ ਕੇ ਜੋ ਹੈ ਵੋ ਰੇਟ ਲੈ ਕੇ ਦੇਤੇ ਹੈ, ਤੋ ਕਿਉਂਕਿ ਇਹ ਮੁੰਨਾ ਬਾਈ ਕੇ ਹਮਨੇ ਛੋਟਾ ਸਾ ਇੰਟਰਵਿਊ ਕਰ ਲਿਆ, ਔਰ ਇਹ ਮੰਡੀ ਸਾਰੀ ਇਧਰ ਤੱਕ ਦੇਖੇ, ਸਾਰੇ ਜਾਨਵਰ ਯਹਾਂ ਪੇ ਲਗੇ ਹੋਏ। ਅਬ ਮੈਂ ਆਪਕੋ ਲੋਕਲ ਜੋ ਹੈ ਵਪਾਰੀਓ ਕੇ ਰੇਟ ਲੈ ਕੇ ਦੇਤਾ ਹੂੰ, ਬਹੁਤ ਅੱਛਾ ਲਗਾ। ਵੀਡੀਓ ਕੇ ਇਲਾਵਾ ਮੈਂ ਤਕਰੀਬਨ ਇਨਕੇ ਪਾਸ ਨਾ ਆਧੇ ਘੰਟੇ ਸੇ ਬੈਠਾ ਹੁਆ ਥਾ, ਵੀਡੀਓ ਕੇ ਇਲਾਵਾ, ਤੋ ਅਭੀ ਵੀਡੀਓ ਬੰਦ ਕਰਕੇ ਉਨਸੇ ਇਜਾਜ਼ਤ ਲੈ ਕੇ ਤੋ ਫਿਰ ਚਲਦੇ ਹਾਂ ਦੂਸਰੇ ਜਾਨਵਰਾਂ ਕੀ ਤਰਫ। ਮਾਸ਼ਾਅੱਲਾ ਨਾਈਸ ਇਨਸਾਨ ਹੈ, ਔਰ ਆਪ ਕਿਸੀ ਕਿਸਮ ਕੀ ਜਾਨਵਰ ਕੀ ਖੁਰਾਕ ਜੋ ਹੈ ਵੋ ਇਨਸੇ ਲੈ ਸਕਤੇ ਹੈ। ਜਜ਼ਾਕੱਲਾ।